ਪੰਜਾਬ ਟਰੱਕ ਯੂਨੀਅਨ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਔਰ ਜਿਹੜੇ ਸੂਬੇ ਦੇ ਪ੍ਰਧਾਨ ਨੇ ਹੈਪੀ ਯੂਨੀਅਨ ਸਾਡੇ ਨਾਲ ਨੇ ਪ੍ਰੈਸ ਕਾਨਫਰੰਸ ਕਰਕੇ ਕੀ ਚੀਜ਼ ਕੀਤੀ ਹੈ ਤੁਸੀਂ ਕੀ ਜ਼ਿਕਰ ਕੀਤਾ ਔਰ ਕਿਆ ਕਿਆ ਕੋਈ ਐਲਾਨ ਕੀਤਾ ਹੈ ਰੈਲੀ ਕਰਨੀ ਹੈ ਜਾਂ ਕਟ ਕਰਨਾ ਹੈ ਔਰ ਕਿਹੜੇ ਮੁੱਦੇ ਨੇ ਪਹਿਲਾਂ ਤਾਂ ਜਿਹੜੀ ਸੈਂਟਰ ਗਵਰਨਮੈਂਟ ਕਾਲਾ ਕਾਨੂੰਨ ਲੈ ਕੇ ਆਈ ਆ ਪੰਜਾਬ ਦੇ ਸਾਰੇ ਸੈਂਟਰ ਦੇ ਸਾਰੀ ਸਟੇਟਾਂ ਦੇ ਡਰਾਈਵਰਾਂ ਦੇ ਖਿਲਾਫ ਆਇਆ ਪਰ ਅਸੀਂ ਪੰਜਾਬ ਦੇ ਰਹਿਣ ਵਾਲੇ ਅਸੀਂ ਇਸ ਕਰਕੇ ਪੰਜਾਬ ਦੀ ਗੱਲ ਕਰਦੇ ਆਂ ਪੰਜਾਬ ਦੇ ਜਿਹੜੇ ਡਰਾਈਵਰਾਂ ਦੇ ਖਿਲਾਫ ਕਾਨੂੰਨ ਆਇਆ ਕਾਲਾ ਕਾਨੂੰਨ ਲੈ ਕੇ ਆਈ ਆ ਉਦੇ ਕਰਕੇ ਸਾਡਾ ਰੋਟੀ ਪਾਣੀ ਚੱਲਦਾ ਪੰਜਾਬ ਦੇ ਡਰਾਈਵਰ ਗੱਡੀ ਸਾਡੀ ਚਲਾਉਂਦੇ ਆ ਸਾਡੀ ਜਿਹੜੀ ਤਨਖਾਹ ਆ ਕੋਈ 10000 ਦਿੰਦਾ ਕੋਈ 8000 ਦਿੰਦਾ ਕੋਈ 20000 25000 ਰੁਪਏ ਤਨਖਾਹ ਦਿੰਦੇ ਆ ਤੁਸੀਂ ਸੋਚ ਸਕਦੇ 10 20000 ਰੁਪਏ ਤਨਖਾਹ ਲੈਣ ਵਾਲਾ ਬੰਦਾ ਜੇ ਰੱਬ ਨਾ ਕਰੇ ਕਿਸੇ ਨਾ ਕਿਸੇ ਨੇ ਹੈਪਨਿੰਗ ਹੋ ਜਾਂਦੀ ਆ ਤੁਸੀਂ ਹਨ ਮੈਂ ਬਹੁਤ ਵੀਡੀਓ ਦਿਖਾ ਸਕਦਾ ਕਿ ਕਈ ਜਣੇ ਸੂਸਾਈਡ ਕਰਨ ਲਈ ਟਰੱਕ ਦੇ ਮੋੜੇ ਲੰਮੇ ਪੈ ਜਾਂਦੇ ਪਿਛਲੇ ਪਾਸੇ ਪਿਛਲੇ ਟਰਾਂ ਦਾ ਮੈਂ ਕੱਲ ਵੀ ਵੀਡੀਓ ਭੇਜੀ ਬਹੁਤ ਜ਼ਿਆਦੇ ਮੀਡੀਆ ਨੂੰ ਅੱਜ ਵੀ ਦਿਖਾ ਸਕਦਾ ਹੁਣ ਬਹੁਤ ਇਦਾਂ ਦੀਆਂ ਅਧ ਇਿੱਦਾਂ ਦੇ ਕੰਮ ਹੋ ਜਾਂਦੇ ਪਰ ਜਦੋਂ ਪਰਚਾ ਕੀਤੇ ਹੁੰਦਾ ਵੱਡੀ ਗੱਡੀ ਵਾਲੇ ਤੇ ਪਰਚਾ ਹੁੰਦਾ ਤੇ ਆਟੋਮੈਟਿਕ ਪਰਚਾ ਤਾਂ ਸੜਦੇ ਹੁਣ ਸਾਨੂੰ ਪਤਾ ਹੀ ਆ ਕਲੀਅਰ ਹੀ ਆ ਸੀ ਇਸ ਕਰਕੇ ਟਰੱਕ ਆਪਰੇਟਰ ਰੋਲਾ ਪਾਉਂਦੇ ਆ ਪਰ ਪੰਜਾਬ ਦੀ ਅੱਜ ਬਦਕਿਸਮਤੀ ਆ ਮੈਂ ਸਮਝਦਾ ਕਿਸਾਨ ਜਥੇਬੰਦੀਆਂ ਨਹੀਂ ਬੋਲਦੀਏ ਹੋਰ ਆਮ ਲੋਕ ਨਹੀਂ ਬੋਲਦੇ ਚਾਹੀਦਾ ਤਾਂ ਇਹ ਸੀ ਅਸੀਂ ਸਾਰੇ ਲੋਕ ਸੜਕਾਂ ਦੇ ਆ ਜਾਂਦੇ ਕਿਉਂਕਿ ਤੁਸੀਂ ਮੇਰੇ ਵੀਰ ਗੁੱਸਾ ਨਹੀਂ ਕਰਨਾ ਕਿਸੇ ਨੇ ਜੇ ਤੁਹਾਡੇ ਕੋਲ ਗੱਡੀ ਆ ਤਾਂ ਤੁਸੀਂ ਵੀ ਡਰਾਈਵਰ ਹੋ ਗੱਡੀ ਦੇ ਉਸ ਟਾਈਮ ਤੇ ਉਹ ਡਰਾਈਵਰੀਆਂ ਜੋ ਗੱਡੀ ਚਲਾ ਰਹੇ ਆ ਮੈਨੂੰ ਪਰਸੋਂ ਜਦੋਂ ਪੁਲਸ ਅਰੈਸਟ ਕਰਕੇ ਲੈ ਕੇ ਜਾ ਰਹੇ ਤੇ ਜਿਹੜਾ ਆਪਣਾ ਡਿਊਟੀ ਦਾ ਮੁਲਾਜ਼ਮ ਗੱਡੀ ਚਲਾ ਰਿਹਾ ਮੈਂ ਉਹਨੂੰ ਕਿਹਾ ਭਾਈ ਸਾਹਿਬ ਇਹ ਕਾਨੂੰਨ ਤੁਹਾਡੇ ਵਾਸਤੇ ਵੀ ਆ ਠੀਕ ਹੈ ਤੁਸੀਂ ਮੈਨੂੰ ਲਜਾਣਾ ਲੈ ਜਾਓ ਜਿੱਥੇ ਮਾਦੀ ਦਾ ਜੇਲ੍ਹ ਭਜਣਾ ਜੇਲ੍ਹ ਚੜਦੇ ਹੋ ਇਹ ਤੁਹਾਡੇ ਵਾਸਤੇ ਵੀ ਆ ਸਾਡਾ ਤਾਂ ਇਕੱਲਾ ਪੈਸੇ ਦਾ ਨੁਕਸਾਨ ਹੋਊਗਾ ਸਾਡਾ ਤਾਂ ਪੈਸੇ ਦੇ ਨਾਲ ਨਾਲ ਕੈਦ ਹੋਊਗੀ ਤੁਹਾਡੀ ਨੌਕਰੀ ਵੀ ਨਾਲ ਜਾਣੀ ਜਿਹੜੀ ਸਰਕਾਰੀ ਨੌਕਰੀ ਯੂਨੀਅਨ ਕੀ ਸੋਚਦੀ ਹੈ ਜਿਹੜੀ ਪ्रेसਕੌਂਫਰੈਂਸ ਕੀਤੀ ਪ्रेसਕੌਮ ਇਸ ਕਰਕੇ ਕੀਤੀ ਸੀ ਸੈਂਟਰ ਦੀ ਸਰਕਾਰ ਸੁੱਤੀ ਪਈ ਆ ਪੰਜਾਬ ਦੀ ਸਰਕਾਰ ਸੁੱਤੀ ਪਈ ਆ ਪੰਜਾਬ ਦੇ ਮਾਮਲਿਆਂ ਨੂੰ ਲੈ ਕੇ ਸੁੱਤੇ ਪਿਆ ਜਿਹੜੇ ਸਾਡੇ 8 9 ਮੰਗਾ ਆ ਓਵਰਲੋਡਿੰਗ ਟਰੈਕਟਰ ਟਰਾਲੀਆਂ ਚੱਲਣਾ ਟਰੱਕ ਜੁਨੀਅਰ ਮੈਂਨਾ ਹਿਮਾਚਲ ਦੀਆਂ ਗੱਡੀਆਂ ਆ ਕੇ ਪੰਜਾਬ ਚੋਂ ਕੰਮ ਕਰਦੀਆਂ ਹਿਮਾਚਲ ਜੇਣ ਗਿਆ ਸਾਨੂੰ ਹਿਮਾਚਲ ਚ ਜੇਣ ਕੇ ਕੰਮ ਨਹੀਂ ਦੇ ਉਹ ਚੱਕਣੇ ਨਹੀਂ ਦਿੰਦੇ ਮਾਲ ਠੀਕ ਹੈ ਚੰਗੀ ਗੱਲ ਹੈ ਯਾਰ ਉੱਥੇ ਸਟੇਟ ਆਪਣੇ ਟਰੱਕ ਆਪਰੇਟਰਾਂ ਦੀ ਸੋਚਦੀ ਆ ਆਪਣੇ ਲੋਕਾਂ ਦੀ ਸੋਚ ਦਿਓ ਸੋਚਣਾ ਵੀ ਚਾਹੀਦਾ ਪਰ ਸਾਡੇ ਨਾਲ ਵਿਤਕਰਾ ਹੋ ਰਿਹਾ ਸਾਡਾ ਲਗਭਗ ਕੈਪਟਨ ਦੇ ਸਾਹਬ ਦੇ ਟਾਈਮ ਦੇ ਉਤੇ ਇਹ ਖੰਕਾਰੀ ਰਾਜੇ ਨੇ ਅੱਜ ਆਖੜ ਹੁਣਾ ਨੇ ਮਿਲ ਕੇ ਪੰਜਾਬ ਦੀਆਂ ਟਰੱਕ ਜਿਓ ਤੋੜਤੀਆਂ ਸੀ ਅੱਜ ਟਰੱਕ ਜਿਓ ਚੜ੍ਹਦੀ ਕਲਾ ਜਿਆ ਤੇ ਸਾਡਾ ਉਸ ਟਾਈਮ ਤੇ 25 ਤੋਂ 30 ਹਜ਼ਾਰ ਟਰੱਕ ਜਿਹੜਾ ਮੰਡੀ ਗੁਵਿੰਦਗੜ੍ਹ ਦੀਆਂ ਉਟਲ ਗਿਆ ਕਿਉਂਕਿ ਸਾਡੇ ਪੁਰਾਣੇ ਟਰੱਕ ਆ ਦੋ ਦੋ ਤਿੰਨ ਤਿੰਨ ਚਾਰ ਚਾਰ ਲੱਖ ਦੇ ਟਰੱਕ ਆ ਉਹਦੇ ਕਰਕੇ ਅਸੀਂ ਬਹੁਤਾ ਕਿਤੇ ਬਾਹਰ ਵੀ ਨਹੀਂ ਉਹਨਾਂ ਨੂੰ ਲੈ ਕੇ ਜਾ ਸਕਦੇ ਸੀ ਸੋ ਅੱਜ ਮੈਂ ਹਾਲਾਤ ਇਹੋ ਜਿਹੇ ਪੰਜਾਬ ਦੇ ਬਣੇ ਆ ਮੈਂ ਚਾਹੁੰਦਾ ਆ ਕਿ ਪੰਜਾਬ ਸਰਕਾਰ ਸਾਡੀਆਂ ਮੰਗਾਂ ਮੰਨੇ ਜਿਹੜੀਆਂ ਜਾਇਜ਼ ਮੰਗਾਂ ਮੈਂ ਸਾਰੀਆਂ ਕਈਆਂ ਆ 7 9 8 ਮੰਗਾ ਆ ਕਿ ਪੰਜਾਬ ਦੇ ਵਿੱਚ 1 ਸਾਲ ਦੇ ਵਿੱਚ ਵਿੱਚ 25000 ਟਰੱਕ ਨਵੇਂ ਪਊਗਾ 75000 ਪਰਿਵਾਰ ਨੂੰ ਰੁਜ਼ਗਾਰ ਮਿਲੂਗਾ ਨਹੀਂ ਤਾਂ ਅੱਜ ਤੁਹਾਡੇ ਰੂਹੀ ਰਾਹੀਂ ਕਹਿ ਰਿਹਾ ਕਿ 31 ਦਸੰਬਰ ਨੂੰ ਮੈਂ ਅਸਤੀਫਾ ਦੇ ਦਾਂਗਾ ਪੰਜਾਬ ਦੀ ਪ੍ਰਧਾਨਗੀ ਤੋਂ ਵੀ ਗੱਲਾਂ ਆ ਬੁਰੀਆਂ ਸਰਕਾਰ ਨੂੰ 1500 ਕਰੋੜ ਦਾ ਰੈਵਨਿਊ ਨਾ ਵਧਿਆ ਸਰਕਾਰ ਦੱਸੇ ਪਿਛਲੇ ਸਾਲ ਕੀਆ ਤਾਂ ਵੀ ਸਤੀਫਾ ਦੇਣਾ ਲੱਕ ਚੱਲਦੇ ਰਹਿਣਗੇ ਕੋਈ ਸੈਂਟਰਲ ਲਾਅ ਦੇ ਖਿਲਾਫ ਜਾਂ ਕੋਈ ਉਹ ਧਰਨਾ ਮਜ਼ਹਰਾ ਤੁਸੀਂ ਮੇਰਾ ਕੀ ਕੱਟ ਕੀਤਾ ਰੋਜ਼ ਪੰਜਾਬ ਦੇ ਵੱਖ-ਵੱਖ ਜਿੰਨਿਆਂ ਦੇ ਪਰਸੋਂ ਮਫਰੂਜਪੁਰ ਦੇ ਬੇਸੀ ਕਦੇ ਫਰੀਦਕੋਟ ਚ ਨਾ ਕਦੇ ਮੋਗੇ ਚ ਨਾ ਵੱਖ-ਵੱਖ ਪੰਜਾਬ ਦਾ ਦੌਰਾ ਕਰਦਾ ਕੱਲ ਪਟਿਆਲੇ ਆ ਰਿਹਾ ਆ ਮੈਂ ਪੰਜਾਬ ਦੇ ਵੱਖਰੇ-ਵੱਖਰੇ ਹਾਈਵੇ 2-2 ਘੰਟੇ ਤਿੰਨ-ਤਿੰਨ ਘੰਟੇ ਲਈ ਬੰਦ ਕਰਦਾ ਉਹ ਸਿਰਫ ਸਰਕਾਰ ਨੂੰ ਜਗਾਉਣਾ ਚਾਹੁੰਦਾ ਮੇਰਾ ਮਨਸ਼ਕ ਕੋਈ ਇਹਦੇ ਪਿੱਛੇ ਨਹੀਂ ਹੈ ਅਸੀਂ ਚਾਹੁੰਦੇ ਸਰਕਾਰ ਲੰਬਾ ਸਮਾਂ ਸਾਡੇ ਭਰਾ ਵੀ ਖਰਾਬ ਨਾ ਹੋ ਅੱਜ ਠੰਡ ਦਾ ਮੌਸਮ ਹੈ ਪਰ ਕੀ ਕਰ ਸਕਦੇ ਸਾਡੇ ਕੋਲ ਹੋਰ ਹੱਲ ਕੀ ਆ ਸਾਡੇ ਕੋ ਕਾਨੂੰਨ ਦੀ ਲੜਾਈ ਲਾਣ ਦੇ ਵਾਸਤੇ ਕੋਈ ਕਹਿੰਦਾ ਸੁਪਰੀਮ ਕੋਰਟ ਚਲ ਜਾਓ ਕੋਈ ਕਹਿੰਦਾ ਹਾਈ ਕੋਰਟ ਚਲ ਜਾਓ ਸਾਨੂੰ ਪਤਾ ਉਹ ਤੇ ਕੀ ਹੁਣਾ ਹਾਈ ਕੋਰਟ ਸੁਪਰੀਮ ਕੋਰਟ ਸਾਨੂੰ ਕਿੱਥੋਂ ਇਨਸਾਫ ਮਿਲਣਾ ਟਰੱਕਾਂ ਦੇ ਵਿਚਾਰੇ ਇੱਕ ਘੱਟ ਪੜੇ ਲਿਖੇ ਦੇਸੀ ਲੋਕ ਆ ਸਾਨੂੰ ਕੋਈ ਜਿਆਦਾ ਨੋਲਿਜ ਨਹੀਂ ਜਿਹੜੇ ਹਾਈ ਕੋਰਟ 'ਚ ਅਸੀਂ ਕੇਸ ਜਿੱਤੇ ਆ ਮੈਂ ਜਿੱਤੇ ਆ ਆ ਟਰੱਕ ਆਪਰੇਟਰ ਨੇ ਟਰੈਕਟਰਾਂ ਦੇ ਖਿਲਾਫ ਜਿਹੜਾ ਆ ਜੂਨੀਅਰ ਕੇਸ ਜਿੱਤੇ ਆ ਅੱਜ ਕਿੱਥੇ ਪੰਜਾਬ 'ਚ ਲਾਗੂ ਹੋਇਆ ਪੰਜਾਬ ਵਿੱਚ ਟਰੋਲੇ ਨਾਲ ਟਕਰਾ ਟਾਲੀ ਚੱਲਦੇ ਉਹਦੇ ਕਰਕੇ ਐਕਸੀਡੈਂਟ ਹੁੰਦੇ ਕਿ ਮੰਤਰੀ ਮੁਲਾਕਾਤ ਕਰਨ ਮੁੱਖ ਮੰਤਰੀ ਮੁਲਾਕਾਤ ਕਰਨ 18 ਤਰੀਕ ਨੂੰ ਤੁਸੀਂ ਕੀ ਕਰਦੇ ਮੈਂ ਕਹਿੰਦਾ ਮੇਰੇ ਨਾਲ ਕੋਈ ਵੀ ਮੁਲਾਕਾਤ ਨਾ ਕਰੇ ਮੈਨੂੰ ਮੁਲਾਕਾਤ ਦੀ ਕੋਈ ਜ਼ਰੂਰਤ ਨਹੀਂ ਮੈਂ ਤਾਂ ਲੋਕ ਕਾਨੂੰਨ ਕੰਮ ਅਲੱਗੂ ਕਰਾ ਕੇ ਦੇ ਦਿਆਂ 18 ਤੋਂ ਪਹਿਲਾਂ ਪਹਿਲਾਂ ਫਿਰ ਚੁੱਪ ਕਰਕੇ ਬੈਠਾਂਗਾ ਨਹੀਂ ਸਰਕਾਰ ਆਪਣੇ ਬੰਦਿਆਂ ਨਾਲ ਮੀਟਿੰਗ ਕੋ ਕਰਨਾ ਚਾਹੁੰਦੀ ਕਰ ਲਵੇ ਯਾਰ ਫਿਰ ਕੀ ਹੋਇਆ 18 ਨੂੰ ਕੀ ਕਰੂੰਗਾ 18 ਨੂੰ ਨੈਸ਼ਨਲ ਹਾਈਵੇ ਦਾ ਫਲੋਰ ਦੇ ਉੱਤੇ ਆ ਉੱਥੇ ਮੈਂ ਨੈਸ਼ਨਲ ਹਾਈਵੇ ਬੰਦ ਕਰਾਂ ਜਿਹੜੀ ਕਿਸਾਨ ਜਿੱਥੇ ਬੰਦੀ ਆ ਇਹ ਰੇਲਵੇ ਲਾਈਨ ਜਿਹੜੀ ਬੰਦ ਕਰ ਸਾਰੇ ਪੰਜਾਬ ਦੇ ਕਿਸਾਨ ਤੇ ਪੰਜਾਬ ਦੇ ਲੋਕੀ ਇਹਨਾਂ ਨਾਲ 18 ਤਰੀਕ ਨੂੰ ਦੱਸਿਆ ਜਾਊਗਾ 18 ਤਰੀਕ ਨੂੰ ਮੈਂ ਅੱਜ ਵੀ ਤੁਹਾਡੇ ਤੋਂ ਅਹੀ ਕਹਿੰਦਾ ਸ਼ਾਮ ਨੂੰ 5 ਵਜੇ ਤੱਕ ਮੈਂ ਆਪਣੇ ਆਪਰੇਟਰਾਂ ਦੀ ਵੇਟ ਕਰਾਂਗਾ ਇਹ ਅੱਜ ਤੋਂ 9 ਮੰਗੇ ਉਸ ਬਾਬਤ ਹਾਂ ਉਹਦੇ ਬਾਅਦ ਤਾਂ ਸੈਂਟਰ ਸਰਕਾਰ ਦੇ ਖਿਲਾਫ ਜੇ 8 18 ਤਰੀਕ ਨੂੰ ਸ਼ਾਮ 5 ਵਜੇ ਤੱਕ ਮੈਂ ਪੰਜਾਬ ਦੇ ਆਪਰੇਟਰਾਂ ਦੀ ਪੰਜਾਬ ਦੇ ਲੋਕਾਂ ਦੀ ਵੇਟ ਕਰਾਂਗਾ ਜੇ ਉਹਦਾ ਘੱਟ 5000 ਤੋਂ ਉੱਤੇ ਨਾ ਆਇਆ ਸ਼ਾਮ ਨੂੰ ਸਤੀਫਾ ਦੇ ਦਾ ਪ੍ਰਧਾਨ ਕਿ ਸਰਕਾਰ ਨੇ ਜਿਹਨੂੰ ਬਣਾਉਣਾ ਬਣਾ ਲਵੇ ਮੈਨੂੰ ਕੋਈ ਲੋੜ ਨਹੀਂ ਠੀਕ ਹੈ ਤਾਂ ਟ੍ਰੱਕ ਯੂਨੀਅਨ ਵੱਲੋਂ 18 ਤਰੀਕ ਨੂੰ ਕੱਟ ਕਰਕੇ ਵਿਰੋਧ ਕੀਤਾ ਜਾਏਗਾ 8 ਤੋਂ 9 ਮੰਗਾ ਨੇ ਜੋ ਟ੍ਰੱਕ ਯੂਨੀਅਨ ਮੰਗ ਕਰ ਰਹੀ ਹੈ ਔਰ ਸਰਕਾਰ ਨੂੰ ਚਾਹੀਦਾ ਕਿ ਮੁਲਾਕਤ ਕਰੇ ਇਹ ਕਹਿਣਾ ਹੈ ਕਾਮਨਾ ਪਰਸਨ ਵਿਨੋਦ ਕੁਮਾਰ ਨਾਲ ਅਮਨ ਭਾਰਦवाज ਨਿਊਜ਼ 18 ਚੱਲੀ ਗਏ